ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ। ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ, ਅੱਜ ਬਾਬਾ ਭੁਪਿੰਦਰ ਸਿੰਘ ਨਮਿਤ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਸੀ। ਅੱਜ ਬਾਬਾ ਟੰਡਰੀਆਂ ਵਾਲੇ ਨੇ ਭੋਗ ਵਾਲੇ ਦਿਨ ਕੌਮ ਨੂੰ ਪ੍ਰੋਗਰਾਮ ਦੇਣ ਦਾ ਐਲਾਨ ਕੀਤਾ ਸੀ। ਅੱਜ ਕੀ ਐਲਾਨ ਹੋਇਆ ਤੇ ਭੋਗ ਸਮਾਗਮ ਤੇ ਕੀ ਹੋਇਆ, ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਨਾ ਜੀ। ਵੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਅੱਜ ਦਾ ਸ਼ਰਧਾਂਜਲੀ ਸਮਾਗਮ ਇਕੱਠ ਪੱਖੋਂ ਕੀ ਕਹਿ ਰਿਹਾ ਸੀ? ਦੇਖੋ, ਜਿਹੜਾ ਅੱਜ ਦਾ ਸ਼ਰਧਾਂਜਲੀ ਸਮਾਗਮ ਸੀ ਬਾਬਾ ਭੁਪਿੰਦਰ ਸਿੰਘ ਨਮਿਤ, ਜਿਨ੍ਹਾਂ ਨੂੰ 17 ਮਈ ਵਾਲੇ ਦਿਨ ਜਿਹੜਾ ਸੰਤ ਟੱਡਰੀਆਂ ਵਾਲੇ 'ਤੇ ਹਮਲਾ ਹੋਇਆ ਸੀ, ਉਹਦੇ 'ਚ ਉਹ ਮਾਰੇ ਗਏ ਸੀ। ਅਤੇ ਅੱਜ ਦੇ ਇਕੱਠ 'ਚ ਮਤਲਬ ਤਕਰੀਬਨ ਸਾਰੀਆਂ ਪੰਥਕ ਧਿਰਾਂ, ਪੰਥ ਦਰਦੀ ਅਤੇ ਖਾਸ ਕਰਕੇ ਉਹ ਸੰਗਤ ਜਿਹੜੀ ਬਾਬਾ ਢੱਡਰੀਆਂ ਵਾਲੇ ਨਾਲ ਜੁੜੀ ਹੋਈ ਆ, ਉਹ ਵੱਡੀ ਗਿਣਤੀ 'ਚ ਮਤਲਬ ਅੱਜ ਦੇ ਸਮਾਗਮ ਵਿੱਚ ਹਾਜ਼ਰ ਸੀ। ਸੋ ਇਕੱਠ ਪੱਖੋਂ ਬੜਾ ਇੱਕ ਪ੍ਰਭਾਵਸ਼ਾਲੀ ਜਿਹੜੀ ਅਸੀਂ ਗੱਲ ਕਰ ਸਕਦੇ ਹਾਂ ਕਿਸੇ ਦੇ। ਮੈਂ ਜਿਹੜਾ ਜਦੋਂ ਬਰਗਾੜੀ ਸ਼ਰਧਾਂਜਲੀ ਸਮਾਗਮ ਹੋਇਆ ਸੀ, ਉਹ ਦੋ ਸਿੰਘ ਜਿਹੜੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸੀ, ਉਹਨਾਂ ਨਮਿਤ ਜਿਹੜਾ ਉੱਥੇ ਵੀ ਜਿਹੜਾ ਇਕੱਠ ਸੀ, ਉਸ ਇਕੱਠ ਵਾਂਗੂ ਅੱਜ ਦਾ ਜਿਹੜਾ ਇਹ ਸ਼ਰਧਾਂਜਲੀ ਸਮਾਗਮ ਦਾ ਇਕੱਠ ਸੀ, ਬੇਹੱਦ ਪ੍ਰਭਾਵਸ਼ਾਲੀ ਸੀ। 10 ਵਜੇ ਤੋਂ ਲੈ ਕੇ 3 ਵਜੇ ਤੱਕ, ਮਤਲਬ 5 ਘੰਟੇ ਲਗਾਤਾਰ ਨਿਰੰਤਰ ਸੰਗਤਾਂ ਦਾ ਬਹਾਅ ਸੀ ਜਿਹੜਾ, ਉਹ ਮਤਲਬ ਸਮਾਗਮ ਪੰਡਾਲ ਦੇ ਵਿੱਚ ਬਹਿੰਦਾ ਰਿਹਾ ਜੀ। ਮਤਲਬ ਸੰਗਤ ਆਉਂਦੀ ਰਹੀ ਆ ਅਤੇ ਜਿਹੜਾ ਸੰਗਤ ਇੱਕ ਵਾਰੀ ਆ ਕੇ ਆਪਣੇ ਸਥਾਨ ਗ੍ਰਹਿਣ ਕਰ ਲੈਂਦੀ ਸੀ, ਬੈਠ ਜਾਂਦੀ ਸੀ, ਉਹ ਮਤਲਬ 5 ਘੰਟੇ ਕੋਈ ਉੱਥੋਂ ਮਤਲਬ ਵਾਪਸ ਉੱਠ ਕੇ ਨਹੀਂ ਗਿਆ ਜੀ। ਸੋ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਪੰਥ ਦਰਦੀਆਂ ਦਾ, ਜਿਨ੍ਹਾਂ ਦੇ ਮਨ 'ਚ ਕੌਮ ਪ੍ਰਤੀ, ਪੰਥ ਪ੍ਰਤੀ, ਗੁਰੂ ਪ੍ਰਤੀ ਅਤੇ ਪੰਥ ਦੇ ਪ੍ਰਚਾਰਕਾਂ ਪ੍ਰਤੀ ਜਿਹੜੀ ਸ਼ਰਧਾ ਸਤਿਕਾਰ ਹੈ, ਉਸ ਦਾ ਪੂਰਨ ਰੂਪ ਦੇ ਵਿੱਚ ਪ੍ਰਗਟਾਵਾ ਜਿਹੜਾ ਅੱਜ ਦਾ ਇਹ ਵੱਡਾ ਸਮਾਗਮ ਸੀ, ਜਿਹੜਾ ਵੱਡਾ ਇਕੱਠ ਸੀ ਜਿਹੜਾ, ਉਹ ਕਰ ਰਿਹਾ ਸੀ। ਅੱਜ ਦੇ ਇਸ ਸਮਾਗਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੇ ਭਵਿੱਖ ਦੇ ਲਈ ਕੀ ਐਲਾਨ ਕੀਤੇ ਗਏ? ਦੇਖੋ, ਸਭ ਤੋਂ ਵੱਡਾ ਮਤਲਬ ਜਿਹੜਾ ਅੱਜ ਸੰਗਤਾਂ ਦਾ ਇਕੱਠ ਸੀ ਅੱਜ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ, ਇਹਦੇ ਵਿੱਚ ਸੰਗਤਾਂ ਨੂੰ ਜਿਹੜੀ ਸਭ ਤੋਂ ਵੱਡੀ ਉਤਸੁਕਤਾ ਸੀ, ਉਹ ਬਾਬਾ ਢੱਡਰੀਆਂ ਵਾਲੇ ਦੇ ਐਲਾਨ ਨੂੰ ਲੈ ਕੇ ਸੀ, ਕਿਉਂਕਿ ਜਿਸ ਦਿਨ ਤੋਂ ਇਹ ਹਮਲਾ ਹੋਇਆ ਉਸ ਦਿਨ ਤੋਂ ਹੀ ਬਾਬਾ ਢੱਡਰੀਆਂ ਵਾਲੇ ਕਹਿੰਦੇ ਆ ਰਹੇ ਸੀ ਕਿ ਭੋਗ ਸਮਾਗਮਾਂ 'ਤੇ ਅਗਲਾ ਸੰਘਰਸ਼ ਆ ਜਿਹੜਾ, ਅਗਲੇ ਸੰਘਰਸ਼ ਦੀ ਰੂਪ ਰੇਖਾ ਜਿਹੜੀ ਉਹ ਸੰਗਤਾਂ ਨਾਲ ਵਿਚਾਰ ਕੇ ਐਲਾਨੀ ਜਾਊਗੀ। ਅਤੇ ਉਹਦੇ ਦਰਮਿਆਨ ਜੋ ਕੁਝ ਵਾਪਰਿਆ, ਜਿਸ ਤਰ੍ਹਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਧੁੰਮਾ ਨੇ ਖੁੱਲ੍ਹ ਕੇ ਪ੍ਰਵਾਨ ਕਰ ਲਿਆ ਕਿ ਇਹ ਹਮਲਾ ਟਕਸਾਲ ਵੱਲੋਂ ਕੀਤਾ ਗਿਆ, ਅਤੇ ਉਹ ਜਿਹੜੇ ਟਕਸਾਲ ਦੇ ਜਿਹੜੇ ਦੋਸ਼ੀ ਹੈ, ਮਤਲਬ ਕਥਿਤ ਦੋਸ਼ੀ ਮੰਨੇ ਗਏ ਨੇ, ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਹੋਇਆ, ਪੁਲਿਸ ਨੇ ਜਦੋਂ ਉਹਨਾਂ ਨੂੰ ਕਚਹਿਰੀ 'ਚ ਪੇਸ਼ ਕੀਤਾ, ਉਹਨਾਂ 'ਤੇ ਫੁੱਲਾਂ ਦੀ ਵਰਖਾ ਹੋਈ, ਅਤੇ ਟਕਸਾਲ ਦੇ ਹਮਾਇਤੀਆਂ ਨੇ ਮਤਲਬ ਢੱਡਰੀਆਂ ਵਾਲੇ ਵਿਰੁੱਧ ਮਤਲਬ ਸਖ਼ਤ ਬਿਆਨ ਸੀ ਜਿਹੜੇ ਉਹ ਦਿੱਤੇ, ਅਤੇ ਉਹ ਤੋਂ ਬਾਅਦ ਤਕਰੀਬਨ ਇਹ ਸਾਫ਼ ਹੋ ਗਿਆ ਸੀ ਕਿ ਬਾਬਾ ਜਿਹੜਾ ਧੁੰਮਾ ਦਮਦਮੀ ਟਕਸਾਲ ਵਾਲਾ, ਉਹਦਾ ਇਸ ਹਮਲੇ ਦੇ ਵਿੱਚ ਸਭ ਤੋਂ ਵੱਡਾ ਰੋਲ ਹੈ ਜੀ। ਸੋ ਇਸ ਕਾਰਨ ਮਤਲਬ ਇਹ ਉਮੀਦ ਕੀਤੀ ਜਾਂਦੀ ਸੀ ਕਿ ਬਾਬਾ ਢੱਡਰੀਆਂ ਵਾਲਾ ਜਿਹੜਾ ਉਹ ਅੱਜ ਭੋਗ ਸਮਾਗਮ ਤੋਂ ਵਿੱਚ ਕੋਈ ਵੱਡਾ ਐਲਾਨ ਆ ਜਿਹੜਾ ਉਹ ਅਗਲੇ ਸੰਘਰਸ਼ ਦੀ ਰੂਪ ਰੇਖਾ ਨੂੰ ਲੈ ਕੇ ਕਰੂਗਾ। ਹਾਂਜੀ, ਪਰੰਤੂ ਬਾਬਾ ਢੱਡਰੀਆਂ ਵਾਲੇ ਵੱਲੋਂ ਕੋਈ ਉਸ ਤਰ੍ਹਾਂ ਦਾ ਪ੍ਰੋਗਰਾਮ ਆ ਜਿਹੜਾ ਉਹ ਕੌਮ ਨੂੰ ਨਹੀਂ ਦਿੱਤਾ ਗਿਆ ਜਿਸ ਦੀ ਉਮੀਦ ਕੀਤੀ ਜਾਂਦੀ ਸੀ। ਇਹ ਮਤਲਬ ਇੱਕ ਪਾਸੇ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਸੱਚ ਦੀ ਆਵਾਜ਼ ਆ ਜਿਹੜੀ, ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਹੈ ਜਿਹੜੀ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਸ ਦੇ ਵਿਰੋਧ 'ਚ ਜਿਸ ਤਰ੍ਹਾਂ ਦਾ ਐਲਾਨ ਹੋਣਾ ਚਾਹੀਦਾ ਸੀ ਕਿ ਅਸੀਂ ਝੂਠ ਨੂੰ ਦਬਾਉਣ ਦੇ ਲਈ, ਝੂਠ ਨੂੰ ਖਤਮ ਕਰਨ ਦੇ ਲਈ, ਝੂਠ ਦੇ ਨਾਲ ਮੁਕਾਬਲਾ ਕਰਨ ਦੇ ਲਈ ਆਖਿਰ ਨੂੰ ਕੁਛ ਨਾ ਕੁਛ ਤਾਂ ਕਰਨਾ ਪੈਣਾ। ਸੋ ਉਹ ਐਲਾਨ ਦੀ ਉਮੀਦ ਆ ਜਿਹੜੀ ਉਹ ਸੰਗਤਾਂ ਜਿਹੜੀਆਂ ਕਰਦੀਆਂ ਸੀ ਕਿ ਬਾਬਾ ਢੱਡਰੀਆਂ ਵਾਲਾ ਕੋਈ ਵੱਡਾ ਐਲਾਨ ਅੱਜ ਦੇ ਸਮਾਗਮ 'ਚ ਕਰੂਗਾ। ਪਰੰਤੂ ਜਿਸ ਤਰ੍ਹਾਂ ਚੰਬੇ ਦੀ ਧਰਤੀ 'ਤੇ ਸਰਬੱਤ ਖਾਲਸਾ ਹੋਇਆ, ਸੰਗਤਾਂ ਬੜੀ ਉਤਸ਼ਾਹ ਦੇ ਨਾਲ, ਬੜੀ ਸ਼ਰਧਾ ਦੇ ਨਾਲ, ਮਨ 'ਚ ਬਹੁਤ
ਵੱਡੀ ਬਲਬਲੇ ਅਤੇ ਭਾਵਨਾਵਾਂ ਲੈ ਕੇ ਗਈਆਂ ਸੀ ਅਤੇ ਵਾਪਸੀ 'ਤੇ ਉਹ ਸਾਰਾ ਕੁਝ ਖਤਮ ਸੀ। ਸੋ ਉਸੇ ਤਰ੍ਹਾਂ ਦਾ ਮਤਲਬ ਇਹ ਅੱਜ ਦਾ ਜਿਹੜਾ ਭੋਗ ਸਮਾਗਮ ਆ ਉਹਦੇ ਵਿੱਚ ਵੀ ਰਿਹਾ। ਬਾਬਾ ਢੱਡਰੀਆ ਵਾਲੇ ਨੇ ਸਿਰਫ ਇੰਨਾ ਐਲਾਨ ਕੀਤਾ ਕਿ ਇਹ ਜਿਹੜਾ ਹਮਲਾ ਹੋਇਆ ਅਸੀਂ ਇਹਦੀ CBI ਜਾਂਚ ਦੀ ਮੰਗ ਕਰਦੇ ਹਾਂ ਜੀ। ਦੂਸਰਾ ਉਹਨਾਂ ਨੇ ਨਾਲ ਇਹਦੇ ਜੋੜਿਆ ਕਿ 30 ਮਈ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਟਰ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ CBI ਜਾਂਚ ਦੀ ਮੰਗ ਲਈ ਮੰਗ ਪੱਤਰ ਦਿੱਤਾ ਜਾਊਗਾ। ਕੋਈ ਧਰਨਾ ਨਹੀਂ, ਕੋਈ ਨਾਰਾ ਨਹੀਂ, ਕੋਈ ਰੋਸ ਵਿਖਾਵਾ ਨਹੀਂ, ਕੋਈ ਹੋਰ ਕੁਛ ਨਹੀਂ, ਸਿਰਫ ਸ਼ਾਂਤਮਈ ਢੰਗ ਦੇ ਨਾਲ ਸੰਗਤਾਂ ਜਾਣਗੀਆਂ ਅਤੇ ਉਹ DC ਨੂੰ ਮੰਗ ਪੱਤਰ ਦੇ ਕੇ ਵਾਪਸ ਆ ਜਾਣਗੀਆਂ। ਅਤੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਮਤਲਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਗਰਾਮ ਕਰੂੰਗਾ ਹਰ ਮਹੀਨੇ, ਅਤੇ ਉਸ ਪ੍ਰੋਗਰਾਮ ਦੇ ਨਾਲ ਆਪਣੇ ਨਾਲ ਹੋਈ ਹੱਡ ਬੀਤੀ ਆ ਜਿਹੜੀ ਉਹਦਾ ਬਿਆਨ ਕਰ ਜੀ। ਬਸ ਇਹ ਮਤਲਬ ਅੱਜ ਦੇ ਜਿਹੜਾ ਸਮਾਗਮ ਆ ਉਹਦੇ ਵਿੱਚ ਐਲਾਨ ਕੀਤਾ ਗਿਆ। ਇਹੀ ਇਹਨੂੰ ਤੁਸੀਂ ਸੰਘਰਸ਼ ਦੀ ਅਗਲੀ ਰੂਪਰੇਖਾ ਮੰਨ ਲਓ, ਇਹਨੂੰ ਜੋ ਕੁਝ ਮਰਜ਼ੀ ਮੰਨ ਲਓ, ਮਤਲਬ ਇਹ ਸਿਰਫ ਅਤੇ ਸਿਰਫ ਇਹ ਐਲਾਨ ਕੀਤਾ ਗਿਆ। ਹਾਂ, ਇੱਕ 5 ਪਿਆਰਿਆਂ ਵੱਲੋਂ ਬਾਬਾ ਭੁਪਿੰਦਰ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ ਜੀ। ਅਤੇ ਇੱਕ ਜਿਹੜਾ ਉਹਨਾਂ ਨੇ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਨੇ ਜਿਨ੍ਹਾਂ ਨੂੰ ਸਰਬੱਤ ਖਾਲਸਾ ਨਕਾਰ ਚੁੱਕਾ, ਰੱਦ ਕਰ ਚੁੱਕਾ, ਉਹਨਾਂ ਜਥੇਦਾਰਾਂ ਨੂੰ 5 ਪਿਆਰਿਆਂ ਨੇ ਇੱਕ ਵਾਰ ਫਿਰ ਕਿਹਾ ਕਿ ਇਹ ਜਥੇਦਾਰ ਨੇ ਜਿਹੜੇ ਹੁਣ ਇਸ ਕਾਂਡ ਦੇ ਵਿੱਚ ਵਿਚੋਲੇ ਦਾ ਰੋਲ ਨਿਭਾਉਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਨਕਾਰ ਚੁੱਕੇ ਹਾਂ, ਕੌਮ ਉਹਨਾਂ ਨੂੰ ਰੱਦ ਕਰ ਚੁੱਕੀ ਹੈ, ਇਸ ਲਈ ਉਹਨਾਂ ਨੂੰ ਇਸ ਕਾਂਡ ਦੇ ਵਿੱਚ ਜਾਂ ਕੌਮੀ ਮੁੱਦਿਆਂ ਦੇ ਵਿੱਚ ਕੋਈ ਦਖਲ ਹੈ ਜਿਹੜਾ ਉਹ ਨਹੀਂ ਦੇਣਾ ਚਾਹੀਦਾ। ਅਤੇ ਬਾਬਾ ਢੱਡਰੀਆਂ ਵਾਲੇ ਨੇ ਵੀ 5 ਪਿਆਰਿਆਂ ਨੇ ਜਿਹੜਾ ਇਹ ਐਲਾਨ ਕੀਤਾ ਕਿ ਉਹ ਸਾਡੇ ਨਕਾਰੇ ਹੋਏ ਜਥੇਦਾਰ ਨੇ, ਕੌਮ ਵੱਲੋਂ ਰੱਦ ਕੀਤੇ ਹੋਏ ਜਥੇਦਾਰ ਨੇ, ਬਾਬਾ ਢੱਡਰੀਆਂ ਵਾਲੇ ਨੇ ਵੀ ਇਹੀ ਕਿਹਾ ਕਿ ਉਹ ਜਿਹੜੇ ਜਥੇਦਾਰ ਨੇ ਉਹ ਕੌਮ ਵੱਲੋਂ ਰੱਦ ਕੀਤੇ ਹੋਏ ਨੇ, ਨਕਾਰੇ ਹੋਏ ਨੇ, ਇਸ ਕਰਕੇ ਅਸੀਂ ਉਹਨਾਂ ਦੀ ਕਿਸੇ ਵੀ ਗੱਲ ਨੂੰ ਨਾ ਕੋਈ ਅਹਿਮੀਅਤ ਦਿੰਦੇ ਹਾਂ ਅਤੇ ਨਾ ਪ੍ਰਵਾਨ ਕਰਨ ਲਈ ਤਿਆਰ ਹਾਂ। ਪੰਥ ਏਕੇ ਬਾਰੇ ਕੋਈ ਨਵੀਂ ਗੱਲ ਉੱਭਰ ਕੇ ਸਾਹਮਣੇ ਆਈ ਜਾਂ ਨਹੀਂ? ਦੇਖੋ ਬੱਚੇ, ਜਿਵੇਂ ਆਪਾਂ ਹਮੇਸ਼ਾ ਅਕਸਰ ਗੱਲ ਕਰਦੇ ਹਾਂ ਕਿ ਜਿੰਨਾ ਇਸ ਵੇਲੇ ਜਿਹੜੀਆਂ ਪੰਥ ਨੂੰ ਦਰਪੇਸ਼ ਸਮੱਸਿਆਵਾਂ ਨੇ, ਚਾਹੇ ਉਹ ਸਾਡੇ ਬਾਹਰੀ ਦੁਸ਼ਮਣਾਂ ਵੱਲੋਂ ਨੇ ਅਤੇ ਚਾਹੇ ਉਹ ਸਾਡੇ ਅੰਦਰੂਨੀ ਦੁਸ਼ਮਣਾਂ ਵੱਲੋਂ ਨੇ, ਉਹ ਸਾਰੀਆਂ ਸਮੱਸਿਆਵਾਂ ਦਾ ਕਾਰਨ ਕੀ ਆ ਕਿ ਕੌਮ ਵਿੱਚ ਇਤਫਾਕ ਨਹੀਂ, ਏਕਾ ਨਹੀਂ। ਇਸ ਕਾਰਨ ਚਾਰੇ ਪਾਸਿਆਂ ਤੋਂ ਕੌਮ 'ਤੇ ਹਮਲੇ ਹੋ ਰਹੇ ਆ, ਕੌਮ ਨੂੰ ਦਬਾਇਆ ਜਾ ਰਿਹਾ, ਕੌਮ 'ਤੇ ਧੱਕਾ ਕੀਤਾ ਜਾ ਰਿਹਾ, ਕੌਮ ਦਾ ਸ਼ੋਸ਼ਣ ਹੋ ਰਿਹਾ, ਪਰੰਤੂ ਕੌਮ ਸਿਵਾਏ ਦੁਹੱਥੜੀ ਪਿੱਟਣ ਦੇ ਹੋਰ ਕੁਛ ਕੌਮ ਦੇ ਪੱਲੇ ਰਹਿ ਨਹੀਂ ਗਿਆ, ਹੋਰ ਕੁਛ ਕੌਮ ਕਰਨ ਯੋਗੀ ਨਹੀਂ ਰਹਿ ਗਈ। ਸੋ ਉਹਦੇ ਪਿੱਛੇ ਕਾਰਨ ਕੀ ਆ ਕਿ ਕੌਮ 'ਚ ਫੁੱਟ ਬਹੁਤ ਆ ਜੀ। ਅੱਜ ਦੇ ਵੀ ਹੁਣ ਸ਼ਰਧਾਂਜਲੀ ਸਮਾਗਮ 'ਚ ਵੱਖ ਵੱਖ ਧੜੇ ਦੇ ਆ ਜਿਹੜੇ ਪੰਥਕ ਧੜੇ ਨੇ ਜਿਹੜੇ ਉਹ ਇਕੱਠੇ ਹੋਏ ਨੇ, ਪਰੰਤੂ ਸਾਰਿਆਂ ਦੀ ਸੁਰ ਆ ਜਿਹੜੀ ਉਹ ਵੱਖਰੀ ਰਹੀ ਆ ਜੀ। ਮਤਲਬ ਕਿਸੇ ਨੇ ਇੱਕ ਦੂਜੇ ਨੂੰ ਜਿੰਨੀ ਕੁ ਉਹ ਟਕੋਰ ਲਾ ਸਕਦਾ ਸੀ, ਜਿੰਨੀ ਕੁ ਝੁੰਡੀ ਵੱਢ ਸਕਦਾ ਸੀ, ਹਰ ਕਿਸੇ ਨੇ ਵੱਢਣ ਦੀ ਕੋਸ਼ਿਸ਼ ਕੀਤੀ ਆ। ਮਤਲਬ ਇੱਕੇ ਵਾਲੀ ਗੱਲ ਆ ਜਿਹੜੀ ਉਹ ਭਾਵਨਾਵਾਂ ਜਿਹੜੀ ਉਹ ਹਲੇ ਕਿਸੇ ਦੇ ਵਿੱਚ ਦਿਖਾਈ ਨਹੀਂ ਦਿੰਦੀ ਕਿ ਉਹ ਸੱਚੇ ਬਣੋ। ਉੱਪਰੋਂ ਹਰ ਕਿਸੇ ਨੇ ਕਿਹਾ ਕਿ ਕੌਮ 'ਚ ਏਕਾ ਹੋਣਾ ਚਾਹੀਦਾ, ਜਦੋਂ ਤੱਕ ਕੌਮ 'ਚ ਏਕਾ ਨਹੀਂ ਉਦੋਂ ਤੱਕ ਇਸ ਤਰ੍ਹਾਂ ਦੀਆਂ ਭੀੜਾਂ ਨੇ ਕੌਮ ਨੂੰ ਪੈਂਦੀਆਂ ਰਹਿਣਗੀਆਂ, ਹਰ ਕਿਸੇ ਨੇ ਮਤਲਬ ਇਹ ਗੱਲ ਕਹੀ ਜ਼ਰੂਰ ਜੀ। ਪਰੰਤੂ ਕਿਸੇ ਵੱਲੋਂ ਇਸ ਪਾਸੇ ਪਹਿਲਕਦਮੀ ਕਰਨ ਦੀ ਗੱਲ ਆ ਜਿਹੜੀ ਕਿ ਕਿਸ ਢੰਗ ਦੇ ਨਾਲ ਇੱਕਾ ਹੋ ਸਕਦਾ ਵਾ, ਕੌਮ ਨੂੰ ਇਸ ਮੌਕੇ ਕੀ ਕਰਨਾ ਚਾਹੀਦਾ, ਉਹ ਗੰਭੀਰਤਾ ਦੇ ਨਾਲ ਕਿਸੇ ਨੇ ਉਸ ਪਾਸੇ ਕਦਮ ਚੁੱਕਣ ਦੀ ਲੋੜ ਨਹੀਂ ਸਮਝੀ। ਮਤਲਬ ਜਿਹੜੀ ਮੈਂ ਗੱਲ ਕੀਤੀ ਆ ਕਿ ਉਲਟਾ ਜਿਹੜੀ ਚੂੰਡੀ ਵੱਢਣ ਦੀ ਗੱਲ ਆ ਜਾਂ ਚੋਹ ਬੁਲਾਉਣ ਦੀ ਗੱਲ ਆ, ਉਹ ਜ਼ਰੂਰ ਮਤਲਬ ਬਹੁਤ ਸਾਰੇ ਬੁਲਾਰਿਆਂ ਨੇ ਕੀਤੀ ਆ। ਸੋ ਇੱਕ ਜਿਹੜਾ ਇਹ ਪਲੇਟਫਾਰਮ ਜਿਹੜਾ ਮੈਂ ਵੀ ਮਹਿਸੂਸ ਕਰਦਾ ਸੀ ਕਿ ਇੱਕ ਵਾਰ ਬਰਗਾੜੀ ਦਾ ਪਲੇਟਫਾਰਮ ਮਿਲਿਆ ਸੀ ਜਦੋਂ ਉਹਨਾਂ ਸਿੰਘਾਂ ਦਾ ਸ਼ਰਧਾਂਜਲੀ ਸਮਾਗਮ ਹੋਇਆ, ਕੌਮ ਏਕੇ 'ਚ ਪਰੋ ਕੇ ਸੰਘਰਸ਼ ਦੇ ਮੈਦਾਨ 'ਚ ਨਿਤਰਿਆਉਂਦੀ, ਅਤੇ ਅੱਜ ਹਾਲਾਤ ਹੋਰ ਹੋਣੇ ਸੀ। ਸਰਬੱਤ ਖਾਲਸੇ ਦਾ ਮੌਕਾ ਮਿਲਿਆ ਸੀ ਚੰਬੇ ਦੀ ਧਰਤੀ 'ਤੇ, ਕੌਮ ਏਕੇ 'ਚ ਪਰੋ ਜਾਂਦੀ ਅਤੇ ਅੱਜ ਹਾਲਾਤ ਹੋਰ ਹੋਣੇ ਸੀ। ਹੁਣ ਇੱਕ ਵਾਰ ਫਿਰ ਦੁਬਾਰਾ ਇੱਕ ਪਲੇਟਫਾਰਮ ਮਿਲਿਆ ਸੀ, ਜੇ ਕੌਮ ਅੱਜ ਵੀ ਏਕੇ ਦੇ ਵਿੱਚ ਪਰੋਈ ਜਾਂਦੀ ਜਾਂ ਉਸ ਪਾਸੇ ਤੁਰਨ ਦੀ ਜਿਹੜੀ ਕੋਸ਼ਿਸ਼ ਸ਼ੁਰੂ ਹੋ ਜਾਂਦੀ, ਅਤੇ ਕੱਲ੍ਹ ਦੇ ਜਿਹੜੇ ਹਾਲਾਤ ਸੀ ਉਹ ਹੋਰ ਹੋਣੇ ਸੀ। ਪਰੰਤੂ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਇਸ ਤਰ੍ਹਾਂ ਦੀ ਪਹਿਲਕਦਮੀ ਆ ਉਹ ਕਿਸੇ ਧਿਰ ਵੱਲੋਂ ਕੀਤੀ ਜਾਊਗੀ ਜਾਂ ਇਸ ਪਾਸੇ ਤੁਰਿਆ ਜਾਊਗਾ। ਸ਼੍ਰੋਮਣੀ ਕਮੇਟੀ ਦੇ ਜਥੇਦਾਰਾਂ ਵੱਲੋਂ ਬਾਬਾ ਧੁੰਮੇ ਦੇ ਹੱਕ 'ਚ ਕਿਹੜੇ ਬਿਆਨ ਉੱਭਰ ਕੇ ਸਾਹਮਣੇ ਆਏ ਆ? ਦੇਖੋ ਜਿਹੜਾ ਜਥੇਦਾਰਾਂ ਨੇ ਜਿਹੜੀ ਇਹ ਗੱਲ ਕੀਤੀ ਕਿ
ਦੋਨੇ ਧਿਰਾਂ ਨੇ ਜਿਹੜੀਆਂ ਉਹਨਾਂ ਨੇ ਦਮਦਮੀ ਟਕਸਾਲ ਦੀ ਵੀ ਉਸਤਤ ਕੀਤੀ ਆ, ਉਹਨਾਂ ਨੇ ਬਾਬੇ ਢੱਡਰੀਆਂ ਵਾਲੇ ਦੀ ਵੀ ਉਸਤਤ ਕੀਤੀ ਆ, ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਰਾ ਮਾਰੂ ਜੰਗ ਆ ਜਿਹੜੀ ਇਹ ਕੌਮ ਦੇ ਲਈ ਖਤਰਨਾਕ ਆ, ਇਹਨੂੰ ਦੋਨਾਂ ਧਿਰਾਂ ਨੂੰ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਆ ਉਹ ਬੰਦ ਕਰਨੀ ਚਾਹੀਦੀ ਆ ਅਤੇ ਮਿਲ ਬੈਠ ਕੇ ਮਸਲੇ ਦਾ ਹੱਲ ਲੱਭਣਾ ਚਾਹੀਦਾ। ਸੋ ਅੱਜ ਪਹਿਲਾਂ ਪੰਜ ਪਿਆਰਿਆਂ ਨੇ ਇਹ ਗੱਲ ਕੀਤੀ ਕਿ ਕੌਮ ਦੇ ਨਖਾਰੇ ਹੋਏ ਜਥੇਦਾਰ ਨੇ ਉਹਨਾਂ ਨੂੰ ਮਤਲਬ ਇਸ ਪਾਸੇ ਜਿਹੜੀ ਉਹ ਦਲਾਲੀ ਕਰਨ ਲੱਗੇ ਨੇ, ਵਿਚੋਲਗੀ ਕਰਨ ਲੱਗੇ ਨੇ, ਉਹ ਉਸ ਪਾਸੇ ਨਹੀਂ ਤੁਰਨਾ ਚਾਹੀਦਾ, ਉਹ ਆਪਣੀ ਅਹਿਮੀਅਤ ਗਵਾ ਚੁੱਕੇ ਨੇ। ਤੋਂ ਬਾਅਦ ਬਾਬਾ ਢੱਡਰੀਆਂ ਵਾਲੇ ਨੇ ਇੱਕ ਬੜੀ ਸਾਫ਼ ਗੱਲ ਕੀਤੀ ਕਿ ਕਿਹਾ ਜਾ ਰਿਹਾ ਕਿ ਭਰਾ ਮਾਰੂ ਜੰਗ ਜਿਹੜੀ ਉਹ ਬੰਦ ਕੀਤੀ ਜਾਵੇ ਜੀ। ਉਹਨੇ ਕਿਹਾ ਕਿ ਇੱਕ ਪਾਸੇ ਤਾਂ ਮੇਰਾ ਭਰਾ, ਉਹਨੇ ਮਤਲਬ ਬਾਬਾ ਭੁਪਿੰਦਰ ਸਿੰਘ ਨੂੰ ਠੀਕ ਹੈ ਸ਼ਬਦਾਵਲੀ ਹੈ ਕਿ ਬਾਬਾ ਭੁਪਿੰਦਰ ਸਿੰਘ ਜੀ ਨੂੰ ਮੈਂ ਭਰਾ ਮੰਨਦਾ ਸੀ, ਭਰਾ ਵਾਂਗੂ ਮੈਂ ਉਹਦੇ ਨਾਲ ਵਿਵਹਾਰ ਕਰਦਾ, ਇੱਕ ਪਾਸੇ ਤਾਂ ਮੇਰਾ ਭਰਾ ਮਾਰਤਾ, ਹਾਂਜੀ, ਦੂਸਰੇ ਪਾਸੇ ਮੈਂ ਫਿਰ ਵੀ ਹੱਥ ਜੋੜ ਕੇ ਕਹਿ ਰਿਹਾ ਮੈਂ ਸਮੁੱਚੀ ਕੌਮ ਨੂੰ ਕਿ ਅਸੀਂ ਟਕਰਾਅ ਵਾਲੇ ਪਾਸੇ ਨਹੀਂ ਤੁਰਨਾ, ਅਸੀਂ ਧਰਨਿਆਂ ਵੱਲ ਨਹੀਂ ਤੁਰਨਾ, ਅਸੀਂ ਮੁਜ਼ਾਹਰਿਆਂ ਵੱਲ ਨਹੀਂ ਤੁਰਨਾ, ਅਸੀਂ ਪੁਤਲੇ ਫੁੱਕਣ ਵੱਲ ਨਹੀਂ ਤੁਰਨਾ। ਪੁਤਲੇ ਅਸੀਂ ਕਿਹਦੇ ਫੁੱਕਣੇ ਨੇ, ਜਿਨ੍ਹਾਂ ਦੇ ਸਿਰਾਂ 'ਤੇ ਦਸਤਾਰਾਂ ਨੇ ਜਾਂ ਆਪਣੇ ਅੰਮ੍ਰਿਤ ਪਾਨ ਕੀਤਾ ਹੋਇਆ ਵਾ, ਗਾਤਰੇ ਪਾਏ ਹੋਏ ਨੇ ਗਲਾਂ ਵਿੱਚ। ਸੋ ਉਸ ਵੱਲੋਂ ਉਹਨੇ ਇਹ ਕਿਹਾ ਕਿ ਫਿਰ ਵੀ ਕਿਹਾ ਜਾ ਰਿਹਾ ਕਿ ਭਰਾ ਮਾਰੂ ਜੰਗ ਜੀ, ਹਮਲਾ ਦੂਜੀ ਧਿਰ ਨੇ ਕੀਤਾ, ਅਸੀਂ ਅੱਗੋਂ ਹਾਲੇ ਤੱਕ ਹੱਥ ਜੋੜ ਰਹੇ ਹਾਂ, ਹਾਂਜੀ, ਸਭ ਕੁਝ ਪਤਾ ਹੋਣ ਦੇ ਬਾਵਜੂਦ ਢੱਡੀਆਂ ਵਾਲਾ ਕਹਿੰਦਾ ਕਿ ਮੈਂ ਉਹਦਾ ਬਾਬੇ ਧੁੰਮੇ ਦਾ ਨਾਂ ਨਹੀਂ ਲੈ ਰਿਹਾ ਜੀ, ਉਹਨੇ ਨਹੀਂ, ਉਹਨੇ ਉੱਥੇ ਵੀ ਨਹੀਂ ਨਾਂ ਲਿਆ, ਮੈਂ ਜਿਹੜੀ ਗੱਲ ਕਰ ਰਿਹਾ ਉਹਨੇ ਮਤਲਬ ਸੰਕੇਤ ਦੇ ਰੂਪ 'ਚ ਕਿਹਾ ਕਿ ਮੈਂ ਹਾਲੇ ਵੀ ਬਾਬੇ ਧੁੰਮੇ ਦਾ ਨਾਂ ਲੈਣ ਲਈ ਤਿਆਰ ਨਹੀਂ ਹੈ, ਨਹੀਂ ਲੈ ਰਿਹਾ ਨਾਂ ਉਹਦਾ, ਪ੍ਰਸ਼ਾਸਕ ਖੁਦ ਨਾਮ ਲਵੇ, ਪਰੰਤੂ ਉਸਦੇ ਬਾਵਜੂਦ ਇਹ ਕਿਹਾ ਜਾ ਰਿਹਾ ਕਿ ਭਰਾ ਦੋਨੇ ਧਿਰਾਂ ਨੇ ਜਿਹੜੀਆਂ ਭਰਾ ਮਾਰੂ ਜੰਗ ਆ ਜਿਹੜਾ ਉਹ ਬੰਦ ਕਰਨ ਜੀ। ਵੀ ਸਾਨੂੰ ਘੱਟੋ ਘੱਟ ਇਹ ਤਾਂ ਦੱਸਿਆ ਜਾਵੇ ਜਿਹੜੀ ਜਥੇਦਾਰਾਂ ਨੇ ਗੱਲ ਕੀਤੀ ਆ ਕਿ ਆਖਰ ਨੂੰ ਅਸੀਂ ਕਿਹੜੀ ਭਰਾ ਮਾਰੂ ਜੰਗ ਕੀਤੀ ਜੀ, ਸ਼ੁਰੂ ਕੀਤੀ ਆ, ਹਾਂਜੀ, ਅਸੀਂ ਕੀ ਉਹਨਾਂ ਦੀ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜੀ, ਕੀ ਜਿਵੇਂ ਉਹ ਬਾਰ ਬਾਰ ਕਹਿ ਰਹੇ ਨੇ ਕਿ ਜੇ ਅੱਗੋਂ ਵੀ ਇਸ ਤਰ੍ਹਾਂ ਹੋਊਗਾ ਅਸੀਂ ਬਥਾੜ ਭੰਨਾਂਗੇ, ਅਸੀਂ ਕਿਸੇ ਨੇ ਕਿਹਾ ਕਿ ਜਿਹੜਾ ਬੰਦਾ ਇਹ ਜੀ ਸ਼ਬਦਾਵਲੀ ਬੋਲਦਾ ਅਸੀਂ ਉਹਦੀ ਜੀਭ ਕੱਢ ਲਾਂਗੇ ਜੀ, ਫਿਰ ਵੀ ਮਤਲਬ ਇਹ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਜਾਣ ਬੁੱਝ ਕੇ ਪੈਦਾ ਕੀਤੀ ਜਾ ਰਹੀ ਹੈ, ਮਤਲਬ ਇੱਕ ਇਹ ਸਿਰਫ ਅਤੇ ਸਿਰਫ ਸਾਡੇ ਨਾਲ ਧੱਕਾ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਆ, ਇਹਨੂੰ ਮਤਲਬ ਦੋ ਧਿਰਾਂ ਦੀ ਜੰਗ ਬਣਾਇਆ ਜਾ ਰਿਹਾ ਜਦੋਂ ਕਿ ਦੋ ਧਿਰਾਂ ਦੀ ਜੰਗ ਹੈ ਨਹੀਂ ਜੀ। ਉਹਨੇ ਕਿਹਾ ਕਿ ਸਿਰਫ ਇੱਕ ਧਿਰ ਦਾ ਦੂਜੀ ਧਿਰ 'ਤੇ ਹਮਲਾ ਜੀ। ਸੋ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਨਿਰੰਤਰ ਮਤਲਬ ਵੱਖ ਵੱਖ ਬੁਲਾਰਿਆਂ ਵੱਲੋਂ ਉੱਭਰ ਕੇ ਸਾਹਮਣੇ ਆਈ ਆ ਕਿ ਜੇ ਪਹਿਲੀ ਗੱਲ ਤਾਂ ਇਹ ਕਿ ਜਥੇਦਾਰ ਕੌਮ ਵੱਲੋਂ ਰੱਦ ਕਰ ਦਿੱਤੇ ਗਏ ਨੇ, ਉਹਨਾਂ ਨੂੰ ਇਸ ਮਸਲੇ 'ਚ ਦਖਲ ਦੇਣ ਦਾ ਕੋਈ ਅਧਿਕਾਰ ਹੀ ਨਹੀਂ ਸੀ ਰਹਿ ਗਿਆ। ਦੂਸਰੀ ਗੱਲ, ਜੇ ਉਹਨਾਂ ਨੇ ਅਧਿਕਾਰ ਦੇਣਾ ਸੀ ਤਾਂ ਘੱਟੋ ਘੱਟ ਸੱਚ ਤੋਂ ਤਾਂ ਸ਼ੁਰੂਆਤ ਕਰਦੇ ਜੀ, ਜੇ ਉਹ ਸੱਚ ਤੋਂ ਸ਼ੁਰੂਆਤ ਕਰਦੇ। ਹੁਣ ਅੱਜ ਇੱਕ ਬਾਬੇ ਧੁੰਮੇ ਦਾ ਖੁਦ ਦਾ ਬਿਆਨ ਆ ਕਿ ਜੇ ਜਥੇਦਾਰ ਪਹਿਲਾਂ ਇਸ ਮਾਮਲੇ 'ਚ ਦਖਲ ਦਿੰਦੇ ਤਾਂ ਸ਼ਾਇਦ ਇਹ ਕੁਛ ਨਾ ਵਾਪਰਦਾ ਜੀ। ਮਤਲਬ ਹਾਲੇ ਅੱਜ ਦੀ ਤਰੀਕ 'ਚ ਵੀ ਉਹ ਇਸ ਗੱਲ ਨੂੰ ਪੂਰੀ ਤਰ੍ਹਾਂ ਉਸੇ ਰੂਪ 'ਚ ਪ੍ਰਵਾਨ ਕਰ ਰਿਹਾ ਕਿ ਕੀਤਾ, ਹਾਂਜੀ। ਸੋ ਉਹ ਕਹਿੰਦਾ ਕਿ ਜੇ ਜਥੇਦਾਰ ਪਹਿਲਾਂ ਦਖਲ ਦਿੰਦੇ ਤਾਂ ਸ਼ਾਇਦ ਇਹ ਕੁਛ ਨਾ ਹੁੰਦਾ। ਸੋ ਜਥੇਦਾਰਾਂ ਦਾ ਜਿਹੜਾ ਰੋਲ ਆ ਉਹਦੇ ਬਾਰੇ ਮਤਲਬ ਇੱਕ ਨਾ ਪੱਖੀ ਪ੍ਰਭਾਵ ਆ ਜਿਹੜਾ ਉਹ ਪੂਰੀ ਤਰ੍ਹਾਂ ਅੱਜ ਦੇ ਇਕੱਠ 'ਚ ਸੀ, ਅਤੇ ਬਹੁਤੇ ਬੁਲਾਰਿਆਂ ਨੇ ਮਤਲਬ ਉਹ ਜੇ ਕਿਉਂਕਿ ਕੌਮ ਵੱਲੋਂ ਉਹਨਾਂ ਨੂੰ ਨਕਾਰੇ ਹੋਏ ਜਥੇਦਾਰ ਕਹਿ ਕੇ ਸੰਬੋਧਨ ਕੀਤਾ, ਅਤੇ ਬਹੁਤਿਆਂ ਨੇ ਕਿਹਾ ਕਿ ਸਾਨੂੰ ਉਹਨਾਂ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ। ਸੋ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਅੱਜ ਦੇ ਇਕੱਠ ਦੇ ਵਿੱਚ ਦਿਖਾਈ ਦਿੱਤਾ ਸੀ। ਅੱਜ ਦੇ ਇਸ ਇਕੱਠ ਦਾ ਸਰਕਾਰ 'ਤੇ ਕੀ ਪ੍ਰਭਾਵ ਪਵੇਗਾ? ਦੇਖੋ ਵੀ ਬਾਈ, ਜਿਸ ਤਰ੍ਹਾਂ ਸਰਕਾਰ ਵੀ ਇਹ ਗੱਲ ਸਮਝਦੀ ਆ ਕਿ ਹੁਣ ਤੱਕ ਜਿੰਨੇ ਢੱਡਰੀਆਂ ਵਾਲੇ ਦੇ ਸਮਾਗਮ ਹੁੰਦੇ ਨੇ ਕਿ ਉਹਦੇ 'ਚ ਸੰਗਤਾਂ ਵੱਡੀ ਗਿਣਤੀ 'ਚ ਜੀ ਹਾਜ਼ਰ ਹੁੰਦੀਆਂ ਨੇ, ਇਹਦੇ 'ਚ ਕੋਈ ਲੋੜ ਐਲਾ ਨਹੀਂ ਹੈ ਕਿ ਜਿੱਥੇ ਉਹਦਾ ਦੀਵਾਨ ਹੁੰਦਾ ਜਾਂ ਜਿਹੜਾ ਉਹ ਮਤਲਬ ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ ਨੂੰ ਪਰਮੇਸ਼ਰ ਦੁਆਰ ਸਮਾਗਮ ਕਰਦਾ ਜੀ, ਉਹਦੇ 'ਚ ਬਹੁਤ ਵੱਡਾ ਇਕੱਠ ਜੁੜਦਾ ਵਾ। ਸੋ ਅੱਜ ਦੇ ਇਕੱਠ ਦੇ ਵਿੱਚ ਵੀ ਤਾਂ ਮਤਲਬ ਉਹ ਢੱਡਰੀਆਂ ਵਾਲੇ ਦੀ ਸੰਗਤ ਤੋਂ ਇਲਾਵਾ ਆਮ ਪੰਥਕ ਦਰ ਦੀ ਸੀ ਸੰਗਤਾਂ ਜਿਹੜੀਆਂ ਉਹ ਵੀ ਵੱਡੀ ਗਿਣਤੀ ਸ਼ਾਮਿਲ ਹੋਈਆਂ ਨੇ। ਭਾਰੀ ਗਰਮੀ ਦੇ ਬਾਵਜੂਦ ਇਕੱਠ ਆ ਜਿਹੜਾ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਭਰਮਾ ਰਿਹਾ ਵਾ ਜੀ, ਮਤਲਬ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸ਼ਰਧਾ ਨਾਲ ਜੁੜੇ ਹੋਏ ਲੋਕਾਂ ਦਾ ਇਕੱਠ ਸੀ। ਸੋ ਸਰਕਾਰਾਂ ਅਤੇ ਇਹੋ ਜਿਹੇ ਇਕੱਠ ਦਾ ਜਿਹੜਾ ਮਤਲਬ ਇਕੱਠ ਸਮਰਪਿਤ ਹੁੰਦਾ ਜੀ ਪ੍ਰਤੀਬੱਧ, ਉਸ ਇਕੱਠ ਦਾ ਸਰਕਾਰਾਂ 'ਤੇ ਪ੍ਰਭਾਵ ਜ਼ਰੂਰ ਪੈਂਦਾ ਕਿ ਆਖਰ ਨੂੰ ਕੱਲ੍ਹ ਨੂੰ ਜੇ ਕੋਈ ਗੱਲ ਕਿਸੇ ਵਿਗੜਦੀ ਆ, ਕਿਸੇ ਦੂਸਰੇ ਰਾਹ ਤੁਰਦੀ ਆ
ਅਤੇ ਫਿਰ ਉਹਨੂੰ ਸੰਭਾਲਣਾ ਔਖਾ ਹੋਊਗਾ। ਸੋ ਅੱਜ ਦੇ ਮਤਲਬ ਇਸ ਇਕੱਠ 'ਚ ਜਿਵੇਂ ਮੈਂ ਗੱਲ ਕੀਤੀ ਹੈ ਕਿ ਏਕੇ ਦੀ ਗੱਲ ਚੱਲੀ ਆ ਭਾਵੇਂ ਗੰਭੀਰਤਾ ਨਾਲ ਨਹੀਂ ਚੱਲੀ, ਪਰੰਤੂ ਕਿਤੇ ਨਾ ਕਿਤੇ ਏਕੇ ਦੀ ਗੱਲ ਚੱਲੀ ਆ। ਜਿਹੜੀਆਂ ਇਹ ਸਰਬੱਤ ਖਾਲਸਾ ਅਤੇ ਉਹ ਜਿਹੜਾ ਬਰਗਾੜੀ ਵਾਲਾ ਪਲੇਟਫਾਰਮ ਸੀ ਉਹਦੇ 'ਚ ਇੱਕ ਬਹੁਤ ਡੂੰਘੀ ਮਤਲਬ ਖਾਈ ਆਈ ਹੋਈ ਸੀਗੀ, ਜਿਹਦੇ ਇੱਕ ਪਾਸੇ ਪੰਥ ਪ੍ਰੀਤ ਬਾਬਾ ਢੱਡਰੀਆਂ ਵਾਲਾ ਅਤੇ ਉਹ ਬਾਬਾ ਦਲੇਰ ਸਿੰਘ ਖੇੜੀ ਵਾਲਾ ਅਤੇ ਜਿਹੜੇ ਪ੍ਰਚਾਰਕ ਨੇ ਜਿਹੜੇ ਸਿੱਖ ਪ੍ਰਚਾਰਕ ਨੇ ਇੱਕ ਉਹਨਾਂ ਦਾ ਧੜਾ ਇੱਕ ਵੱਖਰਾ ਖੜ ਗਿਆ ਸੀ ਅਤੇ ਜਿਹੜੇ ਕੌਮ ਵੱਲੋਂ ਥਾਪੇ ਹੋਏ ਜਥੇਦਾਰ ਸਰਬੱਤ ਖਾਲਸਾ ਵਾਲਾ ਧੜਾ ਜਿਹੜਾ ਉਹ ਇੱਕ ਪਾਸੇ ਖੜ ਗਿਆ। ਸੋ ਉਹ ਧੜੇ ਵੀ ਅੱਜ ਦੇ ਇਕੱਠ 'ਚ ਨੇੜੇ ਆਏ ਨੇ, ਇੱਕ ਦੂਜੇ ਦੇ ਮਤਲਬ ਸ਼ਾਮਿਲ ਹੋਏ ਨੇ, ਉਹਨਾਂ ਦੇ ਨਾਲ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕੀਤੀ ਆ। ਸੋ ਇਹ ਕਿਤੇ ਨਾ ਕਿਤੇ ਮਤਲਬ ਏਕੇ ਵਾਲੀ ਗੱਲ ਹੈ ਜਿਹੜੀ ਉਹ ਚਾਹੇ ਮਤਲਬ ਮੱਧਮ ਸੁਰ ਦੇ ਵਿੱਚ ਮੈਂ ਕਹਿ ਸਕਦਾ ਕਿ ਮੱਧਮ ਸੁਰ 'ਚ ਹੀ ਭਾਵੇਂ ਸ਼ੁਰੂ ਹੋਈ ਹੈ, ਸ਼ੁਰੂ ਜ਼ਰੂਰ ਹੋਈ ਹੈ। ਸੋ ਸਰਕਾਰ 'ਤੇ ਇਹਨਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਪੈਣਾ ਕੁਦਰਤੀ ਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਰਕਾਰ ਮਨ ਬਣਾਈ ਬੈਠੀ ਸੀ ਕਿ ਉਹਨੇ ਬਾਬੇ ਧੁੰਮੇ ਨੂੰ ਕਿੰਨਾ ਕੇਸ ਦੇ ਵਿੱਚ ਇਨਵੋਲਵ ਕਰਨਾ ਕਿੰਨਾ ਨਹੀਂ ਕਰਨਾ, ਇਹ ਉਸ ਫੈਸਲੇ ਨੂੰ ਵੀ ਪ੍ਰਭਾਵਿਤ ਕਰੂਗਾ। ਹੁਣ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਇਕੱਠ ਤੋਂ ਬਾਅਦ ਸਰਕਾਰ ਜਿਹੜੀ ਆਪਣੀ ਸਮੁੱਚੀ ਸਟ੍ਰੈਟਜੀ ਆ ਉਹਦੀ ਨੀਤੀ ਹੈ ਜਿਹੜੀ ਇਸ ਸਾਰੇ ਕਾਂਡ ਨੂੰ ਲੈ ਕੇ ਉਹਦੇ 'ਤੇ ਦੁਬਾਰਾ ਵਿਚਾਰ ਕਰਨ ਲਈ ਮਜਬੂਰ ਜ਼ਰੂਰ ਹੋਊਗੀ। ਅੱਜ ਦੇ ਇਕੱਠ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਕੌਮ ਕਿਸੇ ਵੀ ਸੰਘਰਸ਼ ਤੋਂ ਪੈਰ ਪਿੱਛੇ ਨਹੀਂ ਖਿੱਚਦੀ, ਪਰੰਤੂ ਆਗੂ ਸਹੀ ਅਗਵਾਈ ਨਹੀਂ ਦੇ ਸਕਦੇ। ਸੋ ਆਗੂਆਂ ਨੂੰ ਆਪਣੇ ਬਣਦੀ ਜ਼ਿੰਮੇਵਾਰੀ ਜ਼ਰੂਰ ਨਿਭਾਉਣੀ ਚਾਹੀਦੀ ਹੈ, ਕਿਉਂਕਿ ਜ਼ਿੰਦਗੀ 'ਚ ਮੌਕੇ ਕਦੇ ਕਦੇ ਮਿਲਦੇ ਹਨ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ, ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।